ਨਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਮਨੂ ਮੋੜ ਤੇ ਆਪਾਂ ਫालतू ਦਾ ਟਾਈਮ ਵੇਸਟ ਨਹੀਂ ਕਰਦੇ ਭਾਰਤੀ ਸੰਵਿਧਾਨ ਬਾਰੇ ਮੈਂ ਤੁਹਾਨੂੰ ਸ਼ੁਰੂ ਤੋਂ ਸਾਰੀ ਸਟੋਰੀ ਸਮਝਾ ਦੇਣਾ ਜਿਵੇਂ ਫਿਲਮ ਦੀ ਸਟੋਰੀ ਹੁੰਦੀ ਹੈ ਇਸ ਤਰੀਕੇ ਨਾਲ ਜਿਹੜੇ ਵੀ ਮੇਨ ਮੇਨ ਪੁਆਇੰਟਸ ਨੇ ਉਹ ਇਸ ਵੀਡੀਓ ਵਿੱਚ ਇਨਕਲੂਡ ਨੇ ਤੇ ਡਾਇਰੈਕਟਲੀ ਤੁਹਾਡੇ ਤੋਂ ਐਗਜ਼ਾਮ ਵਿੱਚ ਇਹਨਾਂ ਪੁਆਇੰਟਸਾਂ ਵਿੱਚੋਂ ਜ਼ਰੂਰ ਕੁਐਸਚਨ ਪੁੱਛੇ ਜਾਣਗੇ ਤਾਂ ਆਪਣਾ ਭਾਰਤੀ ਸੰਵਿਧਾਨ ਬਣਿਆ ਭਾਰਤੀ ਸੰਵਿਧਾਨ ਨੂੰ ਬਣਾਉਣ ਲਈ ਇੱਕ ਉਸ ਤੋਂ ਪਹਿਲਾਂ ਸੰਵਿਧਾਨ ਨੂੰ ਕੌਣ ਬਣਾਵੇਗਾ ਤਾਂ ਉਸ ਲਈ ਇੱਕ ਸਭਾ ਬਣਾਈ ਗਈ ਸੀ ਇਸ ਸੰਵਿਧਾਨ ਸਭਾ ਨੂੰ ਪਤਾ ਸੀ ਕਿ ਸੰਵਿਧਾਨ ਬਣਾਣ 'ਚ ਕਾਫੀ ਟਾਈਮ ਲੱਗ ਜਾਵੇਗਾ ਉਦੋਂ ਤੱਕ ਭਾਰਤ ਵਿੱਚ ਕਿਸ ਤਰ੍ਹਾਂ ਸ਼ਾਸਨ ਚਲਾਇਆ ਜਾਵੇ ਤਾਂ ਇਸ ਦਾ ਹੱਲ ਕੱਢਣ ਲਈ ਉਹਨਾਂ ਨੇ ਇੱਕ ਅੰਤ੍ਰੀਮ ਸਰਕਾਰ ਬਣਾ ਲਈ ਭਈ ਜਦੋਂ ਤੱਕ ਭਾਰਤੀ ਸੰਵਿਧਾਨ ਬਣ ਕੇ ਰੈਡੀ ਨਹੀਂ ਹੁੰਦਾ ਉਦੋਂ ਤੱਕ ਇਸ ਇੰਟਰੀਮ ਯਾਨੀ ਅੰਤ੍ਰੀਮ ਸਰਕਾਰ ਦੁਆਰਾ ਭਾਰਤ ਦੇ ਸ਼ਾਸਨ ਨੂੰ ਚਲਾਇਆ ਜਾਵੇਗਾ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਭਾਰਤੀ ਸੰਵਿਧਾਨ ਤਿਆਰ ਹੋਗਾ ਤਾਂ ਇਸ ਵਿੱਚ ਕੀ ਕੁਝ ਇਨਕਲੂਡ ਕੀਤਾ ਗਿਆ ਓਕੇ ਦੋਸਤੋ ਇਹ ਤਿੰਨੇ ਟੌਪਿਕ ਆਪਾਂ ਕਵਰ ਕਰਾਂਗੇ ਇਸ ਸੈਸ਼ਨ ਵਿੱਚ ਸੰਵਿਧਾਨ ਸਭਾ ਬਣਨ ਤੋਂ ਪਹਿਲਾਂ ਕਿਸ-ਕਿਸ ਨੇ ਮੰਗ ਕੀਤੀ ਸੀ ਕਿਉਂਕਿ ਅੰਗਰੇਜ਼ਾਂ ਦਾ ਰਾਜ ਸੀ ਈਜ਼ੀਲੀ ਤਾਂ ਆਪਾਂ ਨੂੰ ਸੰਵਿਧਾਨ ਬਣਾਉਣ ਲਈ ਅੰਗਰੇਜ਼ ਕਹਿ ਨਹੀਂ ਸਕਦੇ ਸੀ ਤਾਂ ਸਭ ਤੋਂ ਪਹਿਲਾਂ ਸੰਵਿਧਾਨ ਸਭਾ ਦੇ ਨਿਰਮਾਣ ਬਾਰੇ ਸੰਵਿਧਾਨ ਸਭਾ ਦੇ ਗਠਨ ਬਾਰੇ 1895 ਈਸਵੀ ਵਿੱਚ ਬਾਲ ਗੰਗਾਧਰ ਤਿਲਕ ਨੇ ਸਵਰਾਜ ਬਿੱਲ ਪੇਸ਼ ਕਰਕੇ ਕਿਹਾ ਕਿ ਸਾਨੂੰ ਅਲੱਗ ਸੰਵਿਧਾਨ ਦੀ ਜ਼ਰੂਰਤ ਹੈ ਤੇ ਸੰਵਿਧਾਨ ਬਣਾਉਣ ਲਈ ਸਾਡੀ ਅਲੱਗ ਸੰਵਿਧਾਨ ਸਭਾ ਦਾ ਗਠਨ ਦਾ ਮੰਗ ਨੂੰ ਸਵੀਕਾਰ ਕੀਤਾ ਜਾਵੇ ਦੋਸਤੋ ਇਹ ਪੁਆਇੰਟ ਨਾਲ ਦੀ ਨਾਲ ਰਾਈਟ ਡਾਊਨ ਜਰੂਰ ਕਰਦੇ ਰਹੋ ਇਗਜ਼ਾਮ ਵਿੱਚ ਕਾਫੀ ਵਾਰ ਇਹ ਪੁਆਇੰਟਸ ਪੁੱਛੇ ਗਏ ਨੇ ਕਿ ਸੰਵਿਧਾਨ ਸਵਾਰ ਦੀ ਮੰਗ ਸਭ ਤੋਂ ਪਹਿਲਾਂ ਕਿਸ ਨੇ ਕੀਤੀ ਸੀ ਕਿਹੜੇ ਬਿਲਡ ਦੁਆਰਾ ਕੀਤੀ ਸੀ ਅਤੇ ਕਦੋਂ ਕੀਤੀ ਸੀ ਬਾਲ ਗੰਗਾਦਰ ਤੇ ਲਿਖਨੇ 1895 ਇਸ ਵਿੱਚ ਸਵਰਾਜ ਬੇਲ ਦਵਾਰਾ ਸਭ ਤੋਂ ਪਹਿਲਾਂ ਸੰਵਿਧਾਨ ਸਭਾ ਦੀ ਮੰਗ ਕੀਤੀ ਸੀ ਅਣ ਦੋਸਤੋ ਕਾਫੀ ਮਿਹਨਤ ਨਾਲ ਇਹ ਸਲਾਈਡ ਬਣਾਈ ਹੈ ਫਿਰ ਤੁਹਾਨੂੰ ਵੀਡੀਓ ਪ੍ਰੋਵਾਈਡ ਕਰਵਾ ਰਹੇ ਹਾਂ ਮੇਰੇ ਨਾਲ ਇੱਕ ਪ੍ਰੋਮਿਸ ਕਰੋ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਉਂਦੀ ਹੈ ਬੈਨੀਫੀਸ਼ੀਅਲ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਵੀ ਕਰੋਗੇ ਤੇ ਕਮੈਂਟ ਵੀ ਕਰੋਗੇ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋਗੇ ਲੋਕ ਦੋਸਤੋ ਬਸ ਪ੍ਰੋਮਿਸ ਲਿਖ ਕੇ ਵੀਡੀਓ ਵਿੱਚ ਕਮੈਂਟ ਕਰ ਦਿਓ ਇਸ ਤੋਂ ਬਾਅਦ ਗੱਲ ਕਰੀਏ 1922 ਇਸ ਵੀ ਵਿੱਚ ਮਹਾਤਮਾ ਗਾਂਧੀ ਜੀ ਆਏ ਇਹਨਾਂ ਨੇ ਵੀ ਇਸ ਮੁਹਿੰਮ ਨੂੰ ਚੱਕ ਲਿਆ ਤੇ ਮਤਲਬ ਕਿ ਬਾਲ ਗੰਗਾਦਰ ਤਿਲਕ ਦੀ ਜਿਹੜੇ ਸਵਰਾਜ ਬੀਲ ਵਿੱਚ ਇਹਨਾਂ ਨੇ ਡਿਮਾਂਡ ਕੀਤੀ ਸੀ ਉਸ ਨੂੰ ਅੱਗੇ ਵਧਾਇਆ ਇਸ ਮੁਹਿੰਮ ਨੂੰ ਅੱਛਾ ਇਸ ਤੋਂ ਬਾਅਦ 1934 ਈਸਵੀ ਵਿੱਚ ਐਮ ਐਨ ਰੌਏ ਜਿਹੜੇ ਕਿ ਕਮਿਊਨਿਸਟ ਪਾਰਟੀ ਦੇ ਨੇਤਾ ਸੀ ਉਸ ਟਾਈਮ ਇੱਕ ਇਹ ਪਾਰਟੀ ਸੀ ਜਿਸ ਦਾ ਐਮ ਐਨ ਰੌਏ ਨੇਤਾ ਸੀ ਇਸ ਰਿਗਾਰਡਿੰਗ ਵੀ ਕਾਫੀ ਵਾਰ ਇਗਜ਼ਾਮ ਵਿੱਚ ਕੁਐਸਚਨ ਬਣੇ ਨੇ ਕਿ ਐਮ ਐਨ ਰੌਏ ਕਿਹੜੀ ਪਾਰਟੀ ਨਾਲ ਸੰਬੰਧਿਤ ਸੀ ਤਾਂ ਯਾਦ ਰੱਖਿਓ ਕਮਿਊਨਿਸਟ ਪਾਰਟੀ ਸੀ ਤੇ ਐਮ ਐਨ ਰੌਏ ਨੇ ਗਦੋਂ ਮੰਗ ਕੀਤੀ ਸੀ ਸੰਵਿਧਾਨ ਸਭਾ ਦੀ 1934 ਵਿੱਚ ਕੀਤੀ ਸੀ ਇਸ ਤੋਂ ਬਾਅਦ 1938 ਆ ਗਈ ਇਸ ਵਿੱਚ ਕਾਂਗਰਸ ਦਾ ਨੇਤਾ ਜਵਾਹਰ ਲਾਲ ਨਹਿਰੂ ਨੇ ਸੰਵਿਧਾਨ ਸਭਾ ਦੀ ਮੰਗ ਨੂੰ ਬ੍ਰਿਟਿਸ਼ ਸਰਕਾਰ ਦੇ ਸਾਹਮਣੇ ਰੱਖਿਆ ਇਸ ਸਮੇਂ ਕਿ ਇੱਕ ਵਾਰ ਇਹ ਜਿਹੜੀ ਸੰਵਿਧਾਨ ਸਭਾ ਦੀ ਮੰਗ ਸੀ ਅੰਗਰੇਜ਼ ਸਰਕਾਰ ਨੇ ਮੰਨ ਲਈ ਸੀ ਅਤੇ ਉਹਨਾਂ ਨੇ ਕਿਹਾ ਕਿ ਜਿਹੜਾ ਵੀ ਤੁਹਾਡਾ ਸਟਰਕਚਰ ਹੋਵੇਗਾ ਸੰਵਿਧਾਨ ਸਭਾ ਦਾ VOTING ਕਰਨ ਲੋਗੀ ਤੁਹਾਨੂੰ ਸੰਵਿਧਾਨ ਸਭਾ ਚਾਹੀਦੀ ਹੈ ਜਾਂ ਨਹੀਂ ਤਾਂ ਉਸ ਸਮੇਂ ਪੰਡਿਤ ਜਵਾਹਰ ਲਾਲ ਨਹਿਰੂ ਹੋਰਾਂ ਨੇ ਸੰਵਿਧਾਨ ਸਭਾ ਦੀ ਮੰਗ ਲਈ ਇੱਕ ਅਡਲਟ ਸਪਰੀਜ਼ ਇਲੈਕਸ਼ਨ ਦੀ ਸ਼ੁਰੂਆਤ ਕੀਤੀ ਜਿਸ ਦੇ ਥਰੂ ਉਹਨਾਂ ਨੇ ਸੰਵਿਧਾਨ ਦਾ ਕੱਚਾ ਫੇਰਵਰ ਤਿਆਰ ਕੀਤਾ ਤੇ ਬ੍ਰਿਟਿਸ਼ ਸਰਕਾਰ ਦੇ ਸਾਹਮਣੇ ਰੱਖ ਦਿੱਤਾ ਤੇ ਕਿਹਾ ਲੋ ਜੀ ਸਾਡੇ ਜਿਹੜਾ ਕਿ ਯੂਥ ਹੈ ਅਡਲਟ ਸਪਰੀਜ਼ ਦੇ ਜਿਹੜੇ ਲੋਕ ਨੇ ਉਹ ਚਾਹੁੰਦੇ ਨੇ ਕਿ ਸਾਡਾ ਸੰਵਿਧਾਨ ਬਣਨਾ ਚਾਹੀਦਾ ਹੈ ਤੇ ਇਸ ਤਰ੍ਹਾਂ ਦਾ ਬਣਨਾ ਚਾਹੀਦਾ ਹੈ ਇਸ ਤੋਂ ਬਾਅਦ ਕੀ ਹੋਇਆ 1942 ਆ ਗਈ 1942 ਈਸਵੀ ਵਿੱਚ ਬ੍ਰਿਟਿਸ਼ ਸਰਕਾਰ ਨੇ ਕ੍ਰਿਪਸ ਪ੍ਰਸਤਾਵ ਭਾਰਤ ਵਿੱਚ ਭੇਜਿਆ ਜਿਸ ਦੇ ਚੇਅਰਮੈਨ ਦਾ ਨਾਮ ਸੀ ਸਟੇਫੋਰਡ ਕ੍ਰਿਪਸ ਕਾਫੀ ਇੰਪੋਰਟੈਂਟ ਪੁਆਇੰਟ ਹੈ ਐਗਜ਼ਾਮ ਵਿੱਚ ਕਾਫੀ ਵਾਰ ਹੀ ਰਿਪੀਟ ਵੀ ਹੋ ਚੁੱਕਾ ਹੈ 1942 ਈਸਵੀ ਵਿੱਚ ਭਾਰਤ ਵਿੱਚ ਆਇਆ ਸੀ ਕ੍ਰਿਪਸ ਪ੍ਰਸਤਾਵ ਤੇ ਇਸ ਦਾ ਜਿਹੜਾ ਚੇਅਰਮੈਨ ਸੀ ਹੈੱਡ ਸੀ ਉਹ ਸਟੇਫੋਰਡ ਕ੍ਰਿਪਸ ਸੀ ਇਹਨਾਂ ਰਿਗਾਰਡਿੰਗ ਹੀ ਕੁਐਸਚਨ ਐਗਜ਼ਾਮ ਵਿੱਚ ਕਾਫੀ ਬਣਦੇ ਨੇ ਤਾਂ ਕਰਕੇ ਚੰਗੇ ਤਰ੍ਹਾਂ ਇਹਨਾਂ ਨੂੰ ਰਾਈਟ ਡਾਊਨ ਕਰ ਲਓ ਤੇ ਰੀਡ ਕਰ ਲਓ ਤੇ ਜਿਹੜਾ ਕ੍ਰਿਪਸ ਪ੍ਰਸਤਾਵ ਸੀ ਇਹ 11 ਮਾਰਚ ਤੋਂ ਲੈ ਕੇ 22 ਮਾਰਚ ਤੱਕ ਭਾਰਤ ਵਿੱਚ ਰਿਹਾ ਅਤੇ ਭਾਰਤ ਵਿੱਚ ਸੰਵਿਧਾਨ ਬਣਾਉਣ ਲਈ ਕੁਝ ਸ਼ਰਤਾਂ ਇਹਨਾਂ ਨੇ ਅੰਗਰੇਜ਼ਾਂ ਵੱਲੋਂ ਲੜੇ ਸ਼ਰਤਾਂ ਸੀ ਉਹ ਇਸ ਪ੍ਰਸਤਾਵ ਵਿੱਚ ਲਿਖੀ ਹੋਈ ਸੀ ਤੇ ਭਾਰਤ ਦੀ ਜਿਹੜੀ ਪਾਰਟੀ ਸੀ ਮੁਸਲਿਮ ਲੀਗ ਤੇ ਕਾਂਗਰਸ ਉਹਨਾਂ ਨੂੰ ਉਹਨਾਂ ਸ਼ਰਤਾਂ ਬਾਰੇ ਦੱਸਿਆ ਕਿ ਤੁਸੀਂ ਜੇ ਭਾਰਤੀ ਸੰਵਿਧਾਨ ਬਣਾਉਣਾ ਚਾਹੁੰਦੇ ਹੋ ਸੰਵਿਧਾਨ ਸਭਾ ਬਣਾਉਣਾ ਚਾਹੁੰਦੇ ਹੋ ਤਾਂ ਇਸ ਕੰਡੀਸ਼ਨ ਇਹ ਟਰਮਸ ਤੇ ਕੰਡੀਸ਼ਨ ਨੇ ਇਸ ਦੇ ਅੰਦਰ ਰਹਿ ਰਹਿ ਕੇ ਹੀ ਤੁਸੀਂ ਸਭ ਵਿਧਾਨ ਸਭਾ ਬਣਾ ਸਕਦੇ ਹੋ ਪਰ ਜਿਹੜਾ ਇਹ ਪ੍ਰਸਤਾਵ ਸੀ ਇਹ ਮੁਸਲਿਮ ਲੀਗ ਤੇ ਕਾਂਗਰਸ ਨੇ ਦੋਵਾਂ ਪਾਰਟੀਆਂ ਨੇ ਹੀ ਕ੍ਰਿਪਸ ਪ੍ਰਸਤਾਵ ਨਾਲ ਸਹਿਮਤੀ ਦਿਖਾਈ ਅਤੇ ਇਸ ਪ੍ਰਸਤਾਵ ਨੂੰ ਵਾਪਸ ਜਾਣ ਨਹੀਂ ਕਹਿ ਦਿੱਤਾ ਗਿਆ ਇਸ ਤੋਂ ਬਾਅਦ 1945 ਈਸਵੀ ਵਿੱਚ ਬ੍ਰਿਟੇਨ ਵਿੱਚ ਪ੍ਰਧਾਨ ਮੰਤਰੀ ਦੀਆਂ ਚੋਣਾਂ ਹੋਈਆਂ ਅਤੇ ਬ੍ਰਿਟੇਨ ਦੇ ਜਿਹੜਾ ਕਿ ਨਵੇਂ ਪ੍ਰਧਾਨ ਮੰਤਰੀ ਸਰ ਕਲਾਈਮੈਂਟ ਬੈਂਟਲੀ ਬਣੇ ਇਹ ਨਾਮ ਯਾਦ ਰੱਖਿਓ ਭਾਰਤ ਨੂੰ ਆਜ਼ਾਦ ਕਰਾਉਣ ਵਿੱਚ ਭਾਰਤੀ ਸੰਵਿਧਾਨ ਬਣਾਉਣ ਵਿੱਚ ਇਸ ਬੰਦੇ ਦੀ ਅਹਿਮ ਭੂਮਿਕਾ ਸੀ ਕਿ ਵਿੱਚ ਇਸ ਦੀ ਇਹ ਪੂਮਿਕਾ ਜਿਹੜਾ ਆਪਣਾ ਭਾਰਤ ਸੀ ਉਹ ਬ੍ਰਿਟਿਸ਼ ਸਰਕਾਰ ਦੇ ਅੰਡਰ ਸੀ ਮਤਲਬ ਕਿ ਬ੍ਰਿਟੇਨ ਦਾ ਗੁਲਾਮ ਸੀ ਆਪਣਾ ਭਾਰਤ ਉਸ ਟਾਈਮ ਤਾਂ ਜਦੋਂ ਗੁਲਾਮ ਸੀ ਉਸ ਟਾਈਮ ਪ੍ਰਧਾਨ ਮੰਤਰੀ ਕੋਈ ਹੋਰ ਸੀ ਤੇ 1945 ਇਸਵੀ ਤੋਂ ਬਾਅਦ ਸਰ ਕਲਾਈਮੈਂਟ ਵੈਂਟਲੀ ਇਹ ਜਿਹੜੇ ਪ੍ਰਧਾਨ ਮੰਤਰੀ ਬਣ ਗਿਆ ਤੇ ਕਾਫੀ ਚੰਗਾ ਤੇ ਉਧਾਰਵਾਦੀ ਨੇਤਾ ਇਸ ਨੂੰ ਮੰਨਿਆ ਜਾਂਦਾ ਤੇ ਇਸ ਨੇ ਕਿਹਾ ਕਿ ਜ਼ਰੂਰ ਭਾਰਤ ਨੂੰ ਅਦਾ ਆਜ਼ਾਦ ਹੋਣ ਦਾ ਹੱਕ ਹੈ ਉਸ ਨੂੰ ਆਜ਼ਾਦ ਕਰ ਦਿੱਤਾ ਜਾਵੇਗਾ ਤੇ ਇਸ ਕਰਕੇ ਮਾਰਚ 1946 ਈਸਵੀ ਵਿੱਚ ਸਰ ਕਾਇਮਨਟ ਵੈਂਟਰੀ ਨੇ ਭਾਰਤ ਸੰਵਿਧਾਨ ਬਣਾਉਣ ਲਈ ਇੱਕ ਕਮੇਟੀ ਦਾ ਨਿਰਮਾਣ ਕੀਤਾ ਇਸ ਕਮੇਟੀ ਦਾ ਨਾਮ ਸੀ ਕੈਬਨਟ ਮਿਸ਼ਨ ਇਸ ਕੈਬਨਟ ਮਿਸ਼ਨ ਵਿੱਚ ਤਿੰਨ ਮੈਂਬਰ ਸ਼ਾਮਿਲ ਸੀ ਸਟੇਫੋਰਡ ਕ੍ਰਿਪਸ ਜੋ ਪਹਿਲਾਂ ਵੀ ਕ੍ਰਿਪਸ ਪ੍ਰਸਤਾਵ ਦੇ ਥਰੂ ਭਾਰਤ ਆ ਚੁੱਕਾ ਹੈ ਇਸ ਤੋਂ ਇਲਾਵਾ ਪੈਂਥੇ ਲੌਰੈਂਸ ਤੇ ਏ ਵੀ ਅਲੈਗਜ਼ੈਂਡਰਾ ਤੇ ਹੁਣ ਯਾਦ ਰੱਖੋ ਇਗਜ਼ਾਮ ਵਿੱਚ ਕਾਫੀ ਵਾਰ ਕੁਐਸਚਨ ਇਹ ਪੁੱਛੇ ਜਾਂਦੇ ਨੇ ਕਿ ਭਾਰਤ ਵਿੱਚ ਕੈਬਨਟ ਮਿਸ਼ਨ ਕਦੋਂ ਹੋਇਆ ਸੀ ਤਾਂ ਮਾਰਚ 1946 ਵਿੱਚ ਆਇਆ ਸੀ ਤੇ ਇਸ ਵਿੱਚ ਕਿੰਨੇ ਮੈਂਬਰ ਇਨਕਲੂਡ ਸੀ ਤੇ ਤਿੰਨ ਮੈਂਬਰ ਇਸ ਵਿੱਚ ਇਨਕਲੂਡ ਸੀ ਤੇ ਇਸ ਕਮੇਟੀ ਦਾ ਜਿਹੜਾ ਚੇਅਰਮੈਨ ਕੋਣ ਸੀ ਤਾਂ ਪੈਂਥੇ ਲੋਰੈਂਸ ਇਸ ਕਮੇਟੀ ਦਾ ਚੇਅਰਮੈਨ ਸੀ ਇਹਨਾਂ ਤਿੰਨਾਂ ਦੇ ਰਿਗਾਰਡਿੰਗ ਜ਼ਰੂਰ ਤੁਹਾਨੂੰ ਇੱਕ ਨਾ ਇੱਕ ਕੁਐਸਚਨ ਐਗਜ਼ਾਮ ਵਿੱਚ ਦੇਖਣ ਨੂੰ ਮਿਲੇਗਾ ਇਹ ਤਿੰਨੇ ਮੈਂਬਰ ਸੀ ਜਿਹੜੇ ਇਹ ਬ੍ਰਿਟਨ ਦੇ ਕੈਬਨਟ ਮਿਨਿਸਟਰ ਸੀ ਤੇ ਕੈਬਨਟ ਮਿਸ਼ਨ ਦੇ ਥਰੂ ਭਾਰਤ ਦੇ ਵਿੱਚ ਆਏ ਸੀ ਤੇ ਇਹਨਾਂ ਤਿੰਨਾਂ ਮੈਂਬਰਾਂ ਨੇ ਕੈਬਨਟ ਮਿਸ਼ਨ ਰਹੀ ਭਾਰਤ ਵਿੱਚ ਆਉਣ ਤੋਂ ਬਾਅਦ 1946 ਵੀ ਵਿੱਚ ਆਈ ਸੀ ਤੇ ਸੰਵਿਧਾਨ ਸਭਾ ਬਣਾਉਣ ਲਈ ਦੋ ਗੱਲਾਂ ਭਾਰਤ ਦੇ ਸਾਹਮਣੇ ਰੱਖੀਆਂ ਨੰਬਰ 1 ਇਸੇ ਭਾਰਤ ਵਿੱਚ ਸੰਵਿਧਾਨ ਸਭਾ ਦਾ ਨਿਰਮਾਣ ਹੋਵੇਗਾ ਸੰਵਿਧਾਨ ਦਾ ਗਠਨ ਹੋਵੇਗਾ ਤੇ ਇਹ ਸੰਵਿਧਾਨ ਭਾਰਤ ਦੇ ਲੋਕਾਂ ਦੁਆਰਾ ਹੀ ਬਣਾਇਆ ਜਾਵੇਗਾ ਇਸ ਤੋਂ ਬਾਅਦ ਜਦੋਂ ਤੱਕ ਭਾਰਤੀ ਸੰਵਿਧਾਨ ਸਹੀ ਢੰਗ ਨਾਲ ਪੂਰਾ ਨਹੀਂ ਹੁੰਦਾ ਬਣ ਕੇ ਤਿਆਰ ਨਹੀਂ ਹੁੰਦਾ ਉਦੋਂ ਤੱਕ ਭਾਰਤੀ ਪ੍ਰਸ਼ਾਸਨ ਜਿਹੜਾ ਉਹ ਅੰਤਰੀਮ ਸਰਕਾਰ ਦੁਆਰਾ ਚਲਾਇਆ ਜਾਵੇਗਾ ਇਹ ਦੋਵੇਂ ਗੱਲਾਂ 파ਰਤ ਨੇ ਮੰਨ ਲਈਆਂ ਇੱਕ ਪਾਸੇ ਤਾਂ ਹੁਣ 1946 ਇਸਵੀ ਵਿੱਚ ਇੱਕ ਪਾਸੇ ਦਾ ਸੰਵਿਧਾਨ ਸੰਬੰਧਨ ਨਿਰਮਾਣ ਬਾਰੇ ਜਿਹੜਾ ਪੂਰੀ ਮੀਟਿੰਗਸ ਚੱਲ ਰਹੀ ਸੀ ਇੱਕ ਸਾਈਡ ਅੰਤਰੀਮ ਸਰਕਾਰ ਦਾ ਗਠਨ ਕਰ ਰਿਹਾ ਸੀ ਕਿ ਜਦੋਂ ਤੱਕ ਸੰਵਿਧਾਨ ਨਹੀਂ ਬਣਦਾ ਉਦੋਂ ਤੱਕ ਆਪਾਂ ਅੰਤਰੀਮ ਸਰਕਾਰ ਵਿੱਚ ਕਿਸ-ਕਿਸ ਮੈਂਬਰ ਨੂੰ ਇਨਕਲੂਡ ਕਰੀਏ ਤਾਂ ਜੋ 파ਰਤ ਦਾ ਆਪਾਂ ਪੂਰਾ ਪ੍ਰਸ਼ਾਸਨ ਚਲਾ ਸਕੀਏ ਅੰਤਿਮ ਸਰਕਾਰ ਬਾਰੇ ਵੀ ਆਪਾਂ ਗੱਲ ਕਰਾਂਗੇ ਨੈਕਸਟ ਵੀਡੀਓ ਵਿੱਚ ਗੱਲ ਕਰਾਂਗੇ ਬਟ ਹੁਣ ਇਸ ਵੀਡੀਓ ਵਿੱਚ ਆਪਾਂ ਭਾਰਤੀ ਸੰਵਿਧਾਨ ਸਭਾ ਰਿਲੇਟਡ ਜਿਹੜੀ ਵੀ ਇੰਪੋਰਟੈਂਟ ਪੁਆਇੰਟਸ ਬਣ ਸਕਦੇ ਨੇ ਐਗਜ਼ਾਮ ਵਿੱਚ ਉਸ ਨੂੰ ਕਵਰ ਕਰ ਲੈਂਦੇ ਆ ਹੁਣ ਜਦੋਂ ਸੰਵਿਧਾਨ ਸਭਾ ਬਣਾਉਣ ਦਾ ਫੈਸਲਾ ਲੈ ਲਿਆ ਸੀ ਮਤਲਬ ਕਿ ਬ੍ਰਿਟਨ ਸਰਕਾਰ ਨੇ ਵੀ ਇਜਾਜ਼ਤ ਦਿੱਤੀ ਸੀ ਕਿ ਤੁਸੀਂ ਬਣਾ ਸਕਦੇ ਹੋ ਸੰਵਿਧਾਨ ਸਭਾ ਹੁਣ ਬਾਰੇ ਸੋਚਿਆ ਗਿਆ ਤਾਂ ਇਸ ਸਮੇਂ ਭਾਰਤ ਤਿੰਨ ਖੇਤਰਾਂ ਵਿੱਚ ਡਿਵਾਈਡ ਸੀ ਨੰਬਰ 1 ਬ੍ਰਿਟਿਸ਼ ਖੇਤਰ ਸੀ ਜਿੱਨਾਂ ਤੇ ਬ੍ਰਿਟਿਸ਼ ਰਾਜ ਸੀ ਨੰਬਰ 2 ਕਮਿਸ਼ਨਰੀ ਖੇਤਰ ਸੀ ਜਿਨ੍ਹਾਂ ਤੇ ਬ੍ਰਿਟਿਸ਼ ਦੁਆਰਾ ਨਿਯੁਕਤ ਕੀਤੇ ਹੋਏ ਕਮਿਸ਼ਨਰਾਂ ਦਾ ਰਾਜ ਸੀ ਤੇ ਨੰਬਰ 3 ਦੇਸੀ ਰਿਆਸਤ ਜਿਨ੍ਹਾਂ ਤੇ ਰਾਜੇ ਮਹਾਰਾਜਿਆਂ ਦਾ ਜਨਮ ਸਿੱਧ ਅਧਿਕਾਰ ਸੀ ਐਂਡ ਇਹਨਾਂ ਤਿੰਨਾਂ ਖੇਤਰਾਂ ਵਿੱਚ 389 ਸੀਟਾਂ ਕੱਢਿਆਂ ਗਿਆ ਜਿਸ ਤੇ ਚੋਣਾਂ ਕਰਵਾਏ ਗਈਆਂ ਤੇ ਉਹਨਾਂ ਮੈਂਬਰਾਂ ਵਿੱਚੋਂ ਸੰਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਐਂਡ ਇਹਨਾਂ 389 ਸੀਟਾਂ ਤੇ ਜਿਹੜੀ ਚੋਣਾਂ ਹੋਈ ਸੋ ਜੁਲਾਈ 1946 ਤੋਂ ਸ਼ੁਰੂ ਹੋ ਗਈਆਂ ਸੀ ਤੇ ਅਗਸਤ ਤੱਕ ਇਹ ਜਿਹੜੀ ਸੋਨਾ ਚੱਲੀਆਂ ਸੀ ਤੇ ਇਸ VOTING ਵਿੱਚ ਕਾਂਗਰਸ ਨੂੰ 28 ਸੀਟਾਂ ਮਿਲੀਆਂ ਮੁਸਲਿਮ ਲੀਗ ਨੂੰ 73 ਸੀਟਾਂ ਮਿਲੀਆਂ ਅਤੇ ਮਹਿਲਾਵਾਂ ਦੇ ਰਿਜ਼ਰਵ ਸੀਟਾਂ ਸੀ ਫੀਮੇਲ ਲੀਆਂ ਉਹਨਾਂ ਨੂੰ 15 ਸੀਟਾਂ ਮਿਲੀਆਂ ਸੀ ਇਸ ਤੋਂ ਇਲਾਵਾ ਐਸਟੀ ਐਸਸੀ ਕੈਟਾਗਰੀ ਨੂੰ ਵੀ 33 ਸੀਟਾਂ ਮਿਲੀਆਂ ਸੀ ਤੇ ਸਿੱਖ ਦੀ ਵੀ ਰਿਜ਼ਰਵੇਸ਼ਨ ਸੀ ਸਿੱਖਾਂ ਦੀ ਵੀ ਉਹਨਾਂ ਨੂੰ ਵੀ 4 ਸੀਟਾਂ ਮਿਲੀਆਂ ਸੀ ਤੇ ਇਸ ਤਰ੍ਹਾਂ ਟੋਟਲ ਇਹ 389 ਸੀਟਾਂ ਕੰਪਲੀਟ ਹੋ ਜਾਂਦੀਆਂ ਨੇ ਤੇ ਇਗਜ਼ਾਮ ਵਿੱਚ ਕਾਫੀ ਵਾਰ ਇਹ ਕੁਐਸਚਨ ਪੁੱਛਿਆ ਜਾਂਦਾ ਕਿ ਸੰਵਿਧਾਨ ਸਭਾ ਵਿੱਚ ਸਿਰ ਕੇਵਲ ਇੱਕ ਮੁਸਲਿਮ ਔਰਤ ਸੀ ਕੋਣ ਸੀ ਉਸ ਦਾ ਨਾਮ ਸੀ ਬੀਗਮ ਇਜਾਜ਼ਤ ਰਸੂਲ ਸੀ ਪੁਆਇੰਟ ਯਾਦ ਕਰ ਲਿਓ ਤੇ ਚੰਗੇ ਤਰ੍ਹਾਂ ਰਾਈਟ ਡਾਉਨ ਕਰ ਲਓ ਕਾਫੀ ਵਾਰ ਇਗਜ਼ਾਮ ਵਿੱਚ ਪੁੱਛਿਆ ਗਿਆ ਇਸ ਤੋਂ ਇਲਾਵਾ ਦਲਿਤ ਮਹਿਲਾ ਬਾਰੇ ਵੀ ਪੁੱਛਿਆ ਜਾਂਦਾ ਹੈ ਕਿ ਸੰਵਿਧਾਨ ਸਭਾ ਵਿੱਚ ਸਿਰਫ ਇੱਕ ਦਲਿਤ ਮਹਿਲਾ ਸੀ ਉਸ ਦਾ ਨਾਮ ਕੀ ਸੀ ਦਕਸ਼ੇ ਯਾਨੀ ਸੀ ਹਲਚਣ ਤੋਂ ਬਾਅਦ ਓਬਵੀਅਸ ਆ 208 ਸੀਟਾਂ ਨਾਲ ਕਾਂਗਰਸ ਨੂੰ ਜਿੱਤ ਹਾਸਿਲ ਹੋਈ ਸੀ ਤੇ ਮੁਸਲਿਮ ਲੀਗ 73 ਸੀਟਾਂ ਨਾਲ ਹਾਰ ਗਈ ਸੀ ਇਸ ਤੋਂ ਬਾਅਦ 9 ਦਸੰਬਰ 1946 ਈਸਵੀ ਵਿੱਚ ਕਾਫੀ ਇੰਪੋਰਟੈਂਟ ਡੇਟ ਹੈ ਐਗਜ਼ਾਮ ਵਿੱਚ ਕਾਫੀ ਵਾਰ ਇਹ ਰਿਪੀਟ ਹੋ ਚੁੱਕੀ ਹੈ ਕਿ ਭਾਰਤੀ ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਜਿਹਨੂੰ ਫਰਸਟ ਅਡਿਵੀਜ਼ਨ ਵੀ ਕਹਿ ਦਿੰਦੇ ਨੇ ਉਹ ਕਦੋਂ ਹੋਈ ਸੀ 19 ਸੋਰੀ 9 ਦਸੰਬਰ 1946 ਈਸਵੀ ਵਿੱਚ ਪਹਿਲੀ ਮੀਟਿੰਗ ਹੋਈ ਸੀ ਸੰਵਿਧਾਨ ਸਭਾ ਦੀ ਕਿੱਥੇ ਹੋਈ ਸੀ ਦਿੱਲੀ ਸੈਂਟਰਲ ਹਾਲ ਵਿੱਚ ਲੱਗੀ ਗਈ ਸੀ ਤੇ ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਵਿੱਚ ਕੁੱਲ 208 ਮੈਂਬਰ ਹੀ ਪਹੁੰਚੇ ਸੀ ਕਿਉਂਕਿ ਇਸ ਸਮੇਂ ਮੁਸਲਿਮ ਲੀਗ ਹਾਰ ਜਾਨ ਕਰਕੇ ਅਤੇ ਦੇਸੀ ਰਿਆਸਤ ਨੂੰ ਡਰ ਸੀ ਕਿ ਸਾਡੇ ਜਿਹੜੀ ਰਾਜੇ ਮਹਾਰਾਜਿਆਂ ਵਾਲੇ ਸ਼ੌਂਕ ਨੇ ਉਹ ਖਤਮ ਨਾ ਹੋ ਜੇਣ ਸੰਵਿਧਾਨ ਬਣ ਗਿਆ ਇਸ ਕਰਕੇ ਇਹ ਜਿਹੜੇ ਇਹਨਾਂ ਦੇ ਕੈਂਡੀਡੇਟ ਸੀ ਇਹਨਾਂ ਦੇ 73 ਕੈਂਡੀਡੇਟ ਸੀ ਤੇ ਇਸ ਦੇ ਸੀ ਆਰਾਊਂਡ ਇੱਥੇ ਮੈਂਬਰ ਸੀ ਇਹ ਦੋਨਾਂ ਦੇ ਇਹਨਾਂ ਦੋਨਾਂ ਦੇ ਮੈਂਬਰ ਜਿਹੜੇ ਕਿ ਸੰਵਿਧਾਨ ਸਭਾ ਵਿੱਚ ਨਹੀਂ ਆਏ ਮਤਲਬ ਮੁਸਲਿਮ ਲੀਗ ਤੇ ਦੇਸੀ ਰਿਆਸਤ ਦੇ ਜਿਹੜੇ ਰਾਜੇ ਮਹਾਰਾਜੇ ਸੀ ਉਹਨਾਂ ਨੇ ਸੰਵਿਧਾਨ ਸਭਾ ਦਾ ਬਾਈਕਾਟ ਕਰ ਦਿੱਤਾ ਕਿਉਂਕਿ ਬਹੁਮਤ ਸੀ ਕਾਂਗਰਸ ਨਾਲ ਸੀਤ ਮੁਸਲਮਨ ਨੂੰ ਐਂ ਲੱਗਦਾ ਸੀ ਕਿ ਇਹ ਹਿੰਦੂਆਂ ਦੇ ਲਈ ਹੀ ਜੋ ਫਾਇਦੇਮੰਦ ਹੋਵੇਗੀ ਉਸ ਤਰ੍ਹਾਂ ਦੇ ਕਾਨੂੰਨ ਬਣਾਉਣਗੇ ਤਾਂ ਕਰਕੇ ਮੁਸਲਮਨ ਲੀਗ ਨੇ ਇਹਨਾਂ ਦਾ ਸਮਰਥਨ ਨਹੀਂ ਕੀਤਾ ਅ ਦੇਸੀ ਰਿਆਸਤ ਤੇ ਜਿਹੜੇ ਕਿੰਗਸ ਜਿਹੜੇ ਰਾਜ ਮਹਾਰਾਜ ਅਸੀਂ ਉਹਨਾਂ ਨੂੰ ਲੱਗਦਾ ਸੀ ਕਿ ਸਾਡੇ ਤਾਂ ਸਾਡੇ ਰਾਜ ਖੋਹ ਲੈਣਗੇ ਮਤਲਬ ਕਿ ਸਾਰੇ ਹੱਕ ਜੋ ਵੀ ਅਸੀਂ ਸ਼ੌਕ ਨਾਲ ਸਕੀਨੀ ਨਾਲ ਰਹਿਣੇ ਆ ਨਾ ਉਹ ਸਾਰਾ ਸਾਨੂੰ ਸੰਵਿਧਾਨ ਦੇ ਅਕੋਰਡਿੰਗ ਕਰਨਾ ਪਵੇਗਾ ਇਸ ਕਰਕੇ ਇਹਨਾਂ ਨੇ ਸੰਵਿਧਾਨ ਸਭਾ ਦਾ ਬਾਈਕਾਟ ਕਰ ਦਿੱਤਾ ਸੀ 9 ਦਸੰਬਰ 1946 ਵਿੱਚ ਕੀ ਹੁੰਦਾ ਹੈ ਪ੍ਰੈਜ਼ੀਡੈਂਟ ਚੁਣਿਆ ਜਾਂਦਾ ਸੰਵਿਧਾਨ ਸਭਾ ਦਾ ਡਰਾਫਟਿੰਗ ਕਮੇਟੀ ਦਾ ਚੇਅਰਮੈਨ ਚੁਣਿਆ ਜਾਂਦਾ ਵਾਈਸ ਚੇਅਰਮੈਨ ਚੁਣਿਆ ਜਾਂਦਾ ਇਸ ਬਾਰੇ ਆਪਾਂ ਨੈਕਸਟ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਮੈਂ ਜਸਟ ਇੰਟਰੋਡਕਸ਼ਨ ਦੇ ਤੌਰ ਤੇ ਤੁਹਾਨੂੰ ਪੇਸ਼ ਕੀਤੀ ਹੈ ਤੁਹਾਡੇ ਅੱਗੇ ਜੇ ਤੁਹਾਨੂੰ ਇਹ ਵੀਡੀਓ ਬੈਨੀਫੀਸ਼ੀਅਲ ਲੱਗਦੀ ਹੈ ਤਾਂ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਦਿਓ ਤਾਂ ਹੀ ਮੈਂ ਇਸ ਦਾ ਨੈਕਸਟ ਪਾਰਟ ਤੁਹਾਨੂੰ ਪ੍ਰੋਵਾਈਡ ਕਰਵਾਵਾਂਗਾ